ਸ੍ਰੀ ਅਕਾਲ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅਤੇ ਅਸੀਂ ਪਹੁੰਚੇ ਹੋਏ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਅੱਜ ਦੇ ਬਲੌਗ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਦਰਬਾਰ ਸਾਹਿਬ ਦੀਆਂ ਉਹ ਥਾਵਾਂ ਜਿਹੜੀਆਂ ਤੁਸੀਂ ਬਹੁਤ ਘੱਟ ਦੇਖੀਆਂ ਹੋਣਗੀਆਂ ਜਾਂ ਬਹੁਤ ਘੱਟ ਲੋਕ ਮਤਲਬ ਉਹ ਜਗ੍ਹਾਵਾਂ 'ਤੇ ਗਏ ਹੋਣਗੇ ਕਿਉਂਕਿ ਦਰਬਾਰ ਸਾਹਿਬ ਆਪਾਂ ਤਾਂ ਪੰਜਾਬ ਦੇ ਸਾਰੇ ਲੋਕ ਆਉਂਦੇ ਹਾਂ ਅਤੇ ਮੱਥਾ ਟੇਕ ਕੇ ਚੱਲ ਜਾਂਦੇ ਹਾਂ ਅਸੀਂ ਵੀ ਕਾਫੀ ਵਾਰ ਆਏ ਹਾਂ ਪਰ ਇਸ ਵਾਰ ਅਸੀਂ ਸੋਚਿਆ ਕੁਛ ਇਹੋ ਜਿਹੀਆਂ ਜਗ੍ਹਾਵਾਂ ਤੁਹਾਨੂੰ ਦਿਖਾਵਾਂਗੇ ਇਹ ਵਲੌਗ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਆਪਾਂ ਰਹਿ ਰਹੇ ਹਾਂ ਅਤੇ ਇਹ ਹੈ ਕਾਰ ਸੇਵਾ ਭੂਰੀ ਵਾਲਿਆਂ ਦਾ ਡੇਰਾ ਜਿੱਥੇ ਅਸੀਂ ਰਿਹਾਇਸ਼ ਕੀਤੀ ਹੈ ਕਈ ਵਾਰ ਆਪਾਂ ਨੂੰ ਉੱਧਰ ਜਿਹੜੀਆਂ ਸਰਾਵਾਂ ਬਣੀਆਂ ਹੋਈਆਂ ਉੱਧਰ ਰਿਹਾਇਸ਼ ਨਹੀਂ ਮਿਲਦੀ ਤਾਂ ਤੁਸੀਂ ਇੱਥੇ ਆ ਕੇ ਰਹਿ ਸਕਦੇ ਹੋ ਦੇਖ ਲਓ ਮਤਲਬ ਕਿੰਨਾ ਵੱਡਾ ਇਹਨਾਂ ਦਾ ਇੱਥੇ ਇਹਨਾਂ ਦਾ ਡੇਰਾ ਬਣਾਇਆ ਹੋਇਆ ਆਪਣਾ ਅਤੇ ਇੱਥੇ ਏ ਸੀ ਨੌਨ ਏ ਸੀ ਹਰ ਤਰ੍ਹਾਂ ਦੇ ਇੱਥੇ ਰੂਮਸ ਮਿਲ ਜਾਂਦੇ ਤੁਹਾਨੂੰ ਜਦੋਂ ਮਰਜ਼ੀ ਆਓ ਰਹਿਣ ਤੋਂ ਇਲਾਵਾ ਇੱਥੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ ਅਤੇ ਜਦੋਂ ਮਰਜ਼ੀ ਸਵੇਰ ਤੋਂ ਸ਼ਾਮ ਲੰਗਰ ਪਾਣੀ ਚੱਲਦਾ ਹੈਗਾ ਨਾਲ ਇਹਨਾਂ ਦੀਆਂ ਇੱਥੇ ਗੱਡੀਆਂ ਵੀ ਹੈਗੀਆਂ ਅਤੇ ਦਰਬਾਰ ਸਾਹਿਬ ਛੱਡ ਵੀ ਆਉਂਦੀਆਂ ਇਹ ਤੋਂ ਬਾਅਦ ਹੁਣ ਆਪਾਂ ਦਰਬਾਰ ਸਾਹਿਬ ਚੱਲ ਇਹ ਆ ਗਏ ਇਸ ਡੇਰੇ ਦਾ ਮੇਨ ਗੇਟ ਸੰਤ ਬਾਬਾ ਭੂਰੀ ਵਾਲੇ ਜੀ ਅਤੇ ਇੱਥੇ ਰਿਹਾਇਸ਼ ਕਰ ਸਕਦੇ ਹੋ ਸਾਹਮਣੇ ਵਾਲੇ ਪਾਸੇ ਤਰਨ ਤਾਰਨ ਹੈ ਤਰਨ ਦਾ ਰੋਡ ਆ ਇੱਥੇ 16 ਕਿਲੋਮੀਟਰ ਹੈ ਤਰਨ ਤਾਰਨ ਅਤੇ ਇੱਧਰਲੇ ਪਾਸੇ ਦਰਬਾਰ ਸਾਹਿਬ ਹੈ 1.5 ਕਿਲੋਮੀਟਰ ਇੱਥੋਂ ਦਰਬਾਰ ਸਾਹਿਬ ਹੈ ਅਤੇ ਵਾਧੂ ਮਤਲਬ ਰਿਕਸ਼ੇ ਵਗੈਰਾ ਜਾਂਦੇ ਹੈ ਅਤੇ ਪਿੰਡ ਦੀ ਸੰਗਤ ਆਈ ਹੋਈ ਹੈ ਸਾਰੀ ਨਾਲ ਅਤੇ ਦਰਸ਼ਨ ਮੇਲੇ ਕਰਨ ਆਏ ਹੋਏ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਇੱਥੋਂ ਰਿਕਸ਼ਾ ਲੈ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਅਤੇ ਖੰਡਾ ਚੌਂਕ ਹੈ ਇਹ ਗੁਰਦੁਆਰਾ ਸਾਹਿਬ ਅਸੀਂ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ 'ਚ ਜਿਹੜਾ ਅਗਲਾ ਬਲੌਗ ਉਹ 'ਚ ਹਰਿਮੰਦਰ ਸਾਹਿਬ ਤੋਂ ਇਲਾਵਾ ਜਿਹੜੇ ਹੋਰ ਗੁਰਦੁਆਰਾ ਸਾਹਿਬ ਹੈ ਨੇੜੇ ਤੇੜੇ ਜਾਂ ਦੇਖਣ 'ਚ ਅੰਮ੍ਰਿਤਸਰ ਨੂੰ ਹੋਰ ਕਿਉਂ ਸਾਰਾ ਕੁਝ ਦਿਖਾਵਾਂਗੇ ਇਹ ਅਸੀਂ ਪਹੁੰਚ ਗਏ ਦਰਬਾਰ ਸਾਹਿਬ ਦੇ ਬਾਹਰ ਅਤੇ ਇਹ ਬਾਬਾ ਅਟਲ ਵਾਲੀ ਸਾਈਡ ਜਿਹੜਾ ਪਿਛਲਾ ਗੇਟ ਹੈ ਉੱਧਰ ਦੀ ਆਏ ਹਾਂ ਅਸੀਂ ਅਤੇ 10 ਕੁ ਮਿੰਟ ਲੱਗਦੇ ਆ ਇੱਥੇ ਪਹੁੰਚਣ ਨੂੰ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਜਿੰਨੀ ਵੀ ਪਿੰਡ ਵਾਲੀ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਅਤੇ ਆਹ 5 ਵਾਲਾ ਬੱਤਾ ਜ਼ਰੂਰ ਪੀਂਦੇ ਆ ਯਾਰ ਇਹ ਪਤਾ ਨਹੀਂ ਕੀ ਗੱਲ ਮੈਂ ਬਹੁਤ ਵਾਰ ਦੇਖਿਆ ਦੇਖੋ ਕਿੱਡੀ ਲਾਈਨ ਹੈਗੀ 5 ਵਾਲੇ ਠੰਡੇ ਪਿੱਛੇ ਅਤੇ ਆਪਾਂ ਜਾਣਾ ਜੋੜਾ ਘਰ ਆ ਸਾਹਮਣੇ ਵਾਲੇ ਪਾਸੇ ਬਣ ਗਿਆ ਹੁਣ ਰੈਨੋਵੇਸ਼ਨ ਹੋਈ ਹੈ ਸਾਰੇ ਗੱਜ ਦੀ ਅਤੇ ਪਹਿਲਾਂ ਅੰਦਰਲੇ ਪਾਸੇ ਹੁੰਦਾ ਸੀ ਇਹ ਅਤੇ ਜੁੱਤੇ ਜਮ੍ਹਾਂ ਕਰਵਾ ਕੇ ਇੱਧਰਲੇ ਪਾਸੇ ਦੀ ਆਪਾਂ ਐਂਟਰੀ ਕਰਾਂਗੇ ਜਿੰਨੀ ਸਾਡੀ ਇਹ ਯਾਤਰਾ ਹੈਗੀ ਸਾਰਾ ਟੂਰ ਸਪੋਂਸਰਡ ਹੈਗਾ ਸਾਰਿਆਂ ਨੂੰ ਪੰਜਾਬੀ ਟਰੈਵਲ ਕਪਲ ਵੱਲੋਂ ਅਤੇ ਜੁੱਤੇ ਜਮ੍ਹਾਂ ਹੋ ਰਹੇ ਆ ਅਤੇ ਇਹ ਜੋੜਾ ਘਰ ਦੇ ਨਾਲ ਹੀ ਰਸਤਾ ਟਰਨ ਹੁੰਦਾ ਦਰਬਾਰ ਸਾਹਿਬ ਕੰਪਲੈਕਸ ਨੂੰ ਅੰਦਰ ਨੂੰ ਅਤੇ ਆਪਾਂ ਇਸ ਰਸਤੇ ਤੋਂ ਅੰਦਰ ਜਾਵਾਂਗੇ ਵੈਸੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਵੱਖੋ ਵੱਖਰੇ ਗੇਟ ਹੈ ਚਾਰੇ ਪਾਸਿਆਂ ਤੋਂ ਮਤਲਬ ਚਾਰੇ ਦਿਸ਼ਾਵਾਂ ਤੋਂ ਰੱਖੇ ਗਏ ਸੀ ਨਾਲ ਇਤਿਹਾਸ ਦੀਆਂ ਗੱਲਾਂ ਕਰਾਂਗੇ ਅਤੇ ਇੱਧਰਲੇ ਪਾਸੇ ਸਰਾਵਾਂ ਆ ਗਈਆਂ ਇਹ ਐਂਡ 'ਤੇ ਤੁਹਾਨੂੰ ਦਿਖਾਊਂਗਾ ਇੱਥੇ ਵੀ ਰਹਿਣ ਸਹਿਣ ਦਾ ਪ੍ਰਬੰਧ ਹੋ ਜਾਂਦਾ ਹੈਗਾ ਇੱਧਰਲੇ ਪਾਸੇ ਅੰਦਰ ਨੂੰ ਜਾਂਦੇ ਆ ਸਭ ਤੋਂ ਪਹਿਲਾਂ ਆਉਂਦਾ ਤੁਹਾਨੂੰ ਦੀਵਾਨ ਮੰਜੀ ਹਾਲ ਜਿਹੜਾ ਮੰਜੀ ਸਾਹਿਬ ਤੋਂ ਕਥਾ ਚੱਲਦੀ ਹੁੰਦੀ ਹੈ ਨਾ ਸਵੇਰੇ ਸ਼ਾਮ ਅਤੇ ਇਹ ਉਹੀ ਦੀਵਾਨ ਮੰਜੀ ਹਾਲ ਹੈ ਇਹਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਲੰਗਰ ਹਾਲ ਹੈ ਅਤੇ ਆਹ ਸਾਰੀ ਲੰਗਰ ਦੀ ਬਿਲਡਿੰਗ ਹੈ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ ਵੀ ਦੇਖਣ ਯੋਗ ਹੈ ਵੀ ਤੁਹਾਨੂੰ ਐਂਡ 'ਤੇ ਬਾਅਦ 'ਚੋਂ ਦਿਖਾਵਾਂਗੇ ਅਤੇ ਫਿਲਹਾਲ ਆਪਾਂ ਪ੍ਰਕਰਮਾ ਦੇ ਅੰਦਰ ਐਂਟਰ ਹੋਣ ਲੱਗੇ ਹਾਂ ਇਸ ਸਾਈਡ ਦੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਚਾਰੇ ਪਾਸੇ ਰੱਖੇ ਗੇਟ ਇਸ ਗੱਲ ਦਾ ਪ੍ਰਤੀਕ ਨੇ ਵੀ ਇਹ ਸਾਰੇ ਧਰਮਾਂ ਲਈ ਸਾਂਝਾ ਦਰਬਾਰ ਹੈ ਕੋਈ ਵੀ ਇੱਥੇ ਆ ਜਾ ਸਕਦਾ ਬਿਨਾਂ ਕਿਸੇ ਭੇਦਭਾਵ ਦੇ ਨਾ ਜਿਹੜੇ ਚਾਰੇ ਕੋਰਨਰ ਹੈ ਚਾਰੇ ਖੂੰਜਿਆਂ 'ਚ ਇਹ ਛਬੀਲਾਂ ਲੱਗੀਆਂ ਹੋਈਆਂ ਅਤੇ ਛਬੀਲਾਂ ਤੋਂ ਬਾਅਦ ਅਤੇ ਮੋਟਾ ਮੋਟਾ ਹੋਰ ਤੁਹਾਨੂੰ ਅੰਦਰ ਦੱਸਦਾ ਦਰਬਾਰ ਸਾਹਿਬ ਦੇ ਅੰਦਰ ਬੇਰੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਅਤੇ ਜਿਵੇਂ 4 ਦਰਵਾਜ਼ੇ ਦੱਸਿਆ ਇਹ ਆ ਕਿ ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਮਿਸਲ ਦੇ ਮੁਖੀ ਸੀਗੇ ਅਤੇ ਸੰਨ 1757 'ਚ ਜਦੋਂ ਯਾਹੀਆ ਖਾਨ ਬੇਅਦਬੀ ਦੀ ਗੱਲ ਕਰਦਾ ਹੈਗਾ ਦਰਬਾਰ ਸਾਹਿਬ ਦੀ ਉਦੋਂ ਖੰਡੇ ਨਾਲ ਲੀਕ ਖਿੱਚਦੇ ਹੈ ਅਤੇ ਇੱਥੇ ਤੱਕ ਆਪਣਾ ਜਥਾ ਲੈ ਕੇ ਆਉਂਦੇ ਅਤੇ ਸ਼ਹੀਦ ਹੋ ਜਾਂਦੇ ਇੱਕ ਗੱਲ ਹੋਰ ਤੁਸੀਂ ਕਦੇ ਧਿਆਨ ਨਾਲ ਦੇਖਿਓ ਜਿਹੜੇ ਦਰਬਾਰ ਸਾਹਿਬ ਨੂੰ ਅੰਦਰ ਆਉਣ ਵਾਲੇ ਰਸਤੇ ਹਨ ਸਾਰੇ ਮਤਲਬ ਉੱਪਰੋਂ ਢਲਾਣ ਹੋ ਕੇ ਹੇਠਾਂ ਵੱਲ ਨੂੰ ਨੀਵੇਂ ਹੈ ਦਰਬਾਰ ਸਾਹਿਬ ਇਸ ਤੋਂ ਇਲਾਵਾ ਹੋਰ ਵੀ ਨੀਵਾਂ ਬਣਿਆ ਹੋਇਆ ਕਿਉਂਕਿ ਇਹ ਮਤਲਬ ਨਿਮਰਤਾ ਦਾ ਇੱਕ ਪ੍ਰਤੀਕ ਰੱਖਿਆ ਗਿਆ ਹੈਗਾ ਭਾਵੇਂ ਇੱਧਰੋਂ ਆਇਓ ਭਾਵੇਂ ਉੱਧਰੋਂ ਆਇਓ ਭਾਵੇਂ ਇੱਧਰਲੇ ਪਾਸੇ ਵੀ ਦੇਖੋ ਜਿੰਨੀਆਂ ਪੌੜੀਆਂ ਨੀਵੀਆਂ ਉੱਤਰ ਕੇ ਜਾਣਾ ਪੈਂਦਾ ਮਤਲਬ ਜਿਹੜਾ ਗੁਰੂ ਦਾ ਦੁਆਰ ਹੈ ਇੱਕ ਉਹ ਨੀਵੇਂ ਵੱਲ ਨੂੰ ਨਿਵਾਣ ਵੱਲ ਨੂੰ ਤੁਹਾਨੂੰ ਨਿਮਰਤਾ ਵੱਲ ਨੂੰ ਲੈ ਕੇ ਜਾਂਦਾ ਹੈਗਾ ਅਤੇ ਹੁਣ ਆਪਾਂ ਪ੍ਰਕਰਮਾ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਵੀ ਉਹ ਤੁਹਾਨੂੰ ਪੁਰਾਣੀਆਂ ਜਾਂ ਜਿਹੜੀਆਂ ਤੁਸੀਂ ਕਦੇ ਨਹੀਂ ਦੇਖੀਆਂ ਹੋਣਗੀਆਂ ਉਹ ਦਿਖਾਵਾਂਗੇ ਅਤੇ ਨਾਲ ਦਰਬਾਰ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਕਰਕੇ ਆਪਾਂ ਅੰਦਰੋਂ ਮੱਥਾ ਟੇਕਦੇ ਹਾਂ ਇਹ ਦਰਬਾਰ ਸਾਹਿਬ 'ਚ ਹੁਣ ਆਧੁਨਿਕ ਸਕਰੀਨਾਂ ਲੱਗ ਗਈਆਂ ਅਤੇ ਇਹਦਾ ਤੁਹਾਨੂੰ ਦੱਸਾਂ ਇਹ ਆਪਣੇ ਆਪ ਮਤਲਬ ਜਿਵੇਂ ਗੂਗਲ 'ਤੇ ਆਪਾਂ ਵਾਇਸ ਕਰਦੇ ਨਾ ਮਤਲਬ ਆਪਣੇ ਆਪ ਚੱਕ ਲੈਂਦਾ ਹੈਗਾ ਉਵੇਂ ਗੁਰਬਾਣੀ ਦੇ ਜਿਵੇਂ ਬੋਲਦੇ ਆ ਨਾਲ ਦੀ ਨਾਲ ਅਰਥ ਆਪਣੇ ਆਪ ਚੱਕਦਾ ਅਤੇ ਇੱਧਰ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਤੁਹਾਨੂੰ ਦਿਖਾਉਣਾ ਜਿਹੜਾ ਇਹ ਪਿੱਲਰ ਹੈ ਖੰਭਾ ਇਹ ਜਦੋਂ ਦਰਬਾਰ ਸਾਹਿਬ 'ਚ ਫਸਟ ਟਾਈਮ ਬਿਜਲੀ ਇਲੈਕਟ੍ਰੀਸਿਟੀ ਆਈ ਹੈ
ਜਦੋਂ ਬਿਜਲੀ ਪਹਿਲੀ ਵਾਰ ਆਉਂਦੀ ਹੈ 1896 ਦੀ ਗੱਲ ਇਹ, ਮਤਲਬ ਜਿਹੜੇ ਸੁੰਦਰ ਸਿੰਘ ਮਜੀਠੀਆ ਸੀਗੇ ਉਹਨਾਂ ਨੇ ਇਹ ਕੰਮ ਕੀਤਾ ਸੀ। ਜਿਹੜੇ ਮਜੀਠੀਆ ਪਰਿਵਾਰ ਹੈ ਜਿਹੜਾ ਅੱਜ ਦਾ, ਪਹਿਲਾਂ ਵਾਲੇ ਦੇਖ ਲਓ ਇਹਨਾਂ ਦੇ ਪੁਰਖੇ ਇੰਨੇ ਵਧੀਆ ਸੀ, ਅਤੇ ਉਦੋਂ ਦੇ ਪੁਰਾਣੇ ਖੰਭੇ ਖੜ੍ਹੇ ਆ, ਉਦੋਂ ਦਾ ਡਿਜ਼ਾਈਨ ਆ ਸਾਰਾ ਇਹ। ਇਹ ਬਹੁਤ ਘੱਟ ਧਿਆਨ ਦਿੰਦੇ ਆਪਾਂ ਪ੍ਰਕਰਮਾ 'ਚੋਂ ਲੰਘ ਜਾਂਦੇ ਹਾਂ। ਚਾਰ ਹੀ ਖੰਭੇ ਬਚੇ, ਚਾਰੇ ਪਾਸੇ ਹੈਗੇ ਜਦੋਂ ਫਸਟ ਟਾਈਮ ਬਿਜਲੀ ਆਈ ਸੀ ਉਦੋਂ, ਅਤੇ ਉਦੋਂ ਇਹ ਗੱਲ 'ਤੇ ਬੜੀ ਧੜੇਬੰਦੀ ਹੋਈ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲੱਗਣੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਕਈ ਬੰਦੇ ਇਸ ਕਰਕੇ ਖਿਲਾਫ਼ ਸੀ ਕਿ ਗੁਰੂ ਮਹਾਰਾਜ ਦਾ ਤਾਂ ਆਪਣੀ ਪ੍ਰਕਾਸ਼ ਬਹੁਤ ਹੈ। ਇਕਰਲੇ ਪਾਸੇ ਕੜਾਹ ਪ੍ਰਸ਼ਾਦ ਅਦਾ ਗਿਆ ਸਾਰਾ, ਆਪਾਂ ਕੜਾਹ ਪ੍ਰਸ਼ਾਦ ਲੈ ਕੇ ਫਿਰ ਕੰਪਲੈਕਸ ਦੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਵਾਂਗੇ। ਜਿਹੜੀ ਇਹ ਸਾਹਮਣੇ ਬੇਰੀ ਦਿਖ ਰਹੀ ਹੈ ਇਹਦਾ ਨਾਮ ਹੈ ਬੇਰੀ ਲਾਚੀ, ਅਤੇ ਕਿਉਂਕਿ ਇਹਨੂੰ ਲਾਚੀਆਂ ਵਰਗੇ ਬੇਰ ਲੱਗਦੇ ਆ ਮੰਨਿਆ ਜਾਂਦਾ। ਗੁਰੂ ਪੰਜਵੇਂ ਪਾਤਸ਼ਾਹ ਜਦੋਂ ਹਰਿਮੰਦਰ ਸਾਹਿਬ ਦੀ ਮਤਲਬ ਸੇਵਾ ਸ਼ੁਰੂ ਹੋਈ ਹੈ ਤਾਂ ਇਹਦੇ ਥੱਲੇ ਬੈਠਿਆ ਕਰਦੇ ਸੀ, ਅਤੇ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਅਤੇ ਮਹਿਤਾਬ ਸਿੰਘ, ਅਤੇ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀ, ਉਹਨਾਂ ਨੇ ਵੀ ਆਪਣੇ ਘੋੜੇ ਆ ਕੇ ਇਸ ਬੇਰੀ ਦੇ ਨਾਲ ਬੰਨ੍ਹੇ ਸੀ ਪਹਿਲੀ ਵਾਰ, ਤਾਂ ਕਰਕੇ ਬਹੁਤ ਇਤਿਹਾਸਿਕ ਮਹੱਤਤਾ ਰੱਖਦੀ ਹੈ ਬੇਰੀ। ਅਤੇ ਇਹਦੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ, ਅਤੇ ਕੜਾਹ ਪ੍ਰਸ਼ਾਦ ਦੀ ਦੇਖ ਕਰਵਾ ਕੇ ਹੁਣ ਆਪਾਂ ਅੰਦਰ ਚੱਲਦੇ ਹਾਂ। ਸੰਗਤ ਕਾਫੀ ਆਈ ਹੋਈ ਹੈ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ, ਇੱਕ ਤਾਂ ਛੁੱਟੀਆਂ ਹੁੰਦੀਆਂ ਨੇ, ਦੂਸਰਾ ਜੂਨ ਦੇ ਮਤਲਬ ਖਾਸ ਦਿਨ ਹੈ ਸਿੱਖ ਇਤਿਹਾਸ ਲਈ, ਅਤੇ ਤਾਂ ਕਰਕੇ ਸੰਗਤ ਆਉਂਦੀ ਹੈ। ਦਰਸ਼ਨੀ ਡਿਊਟੀ ਦੇ ਬਾਹਰ ਇੱਕ ਹੋਰ ਬੜੀ ਇਤਿਹਾਸਿਕ ਚੀਜ਼ ਲੱਗੀ ਹੋਈ ਹੈ, ਘੰਟੀ ਲੱਗੀ ਹੋਈ ਹੈ। ਪੁਰਾਣੇ ਸਮੇਂ 'ਚ ਜਦੋਂ ਪਾਲਕੀ ਸਾਹਿਬ ਸਵੇਰੇ ਆਉਂਦੇ ਸੀ ਤਾਂ ਉਦੋਂ ਇਹ ਬੈੱਲ ਵਜਾਈ ਜਾਂਦੀ ਸੀ, ਸੰਗਤ ਜ਼ਿਆਦਾ ਹੋਣ ਕਰਕੇ ਹੁਣ ਆਪਾਂ ਨੂੰ ਕਈ ਵਾਰ ਦਿਖਦੀ। ਜਿਹੜੇ ਆ ਤੁਸੀਂ ਡਿਊਟੀ ਦੇ ਦਰਵਾਜ਼ੇ ਦੇਖ ਰਹੇ ਹੋ, ਇਹ 3 ਸਾਲ ਪਹਿਲਾਂ ਹੁਣ ਨਵੇਂ ਲਾਏ ਆ। ਜਿਹੜੇ ਇਸ ਤੋਂ ਪਹਿਲਾਂ ਦਰਵਾਜ਼ੇ ਹੁੰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲੱਗੇ ਸੀ। ਮੰਨਿਆ ਜਾਂਦਾ ਕਿ ਉਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਸੀਗੇ, ਅਤੇ ਜਦੋਂ ਅਬਦਾਲੀ ਲੁੱਟ ਕੇ ਲਿਆਇਆ ਸੀਗਾ ਅਤੇ ਉਹਨੂੰ ਗਾਹਾਂ ਸਿੱਖਾਂ ਨੇ ਲੁੱਟ ਲਿਆ ਸੀਗਾ ਪੰਜਾਬ 'ਚ, ਅਤੇ ਉਹ ਦਰਵਾਜ਼ੇ ਉਹ ਤੋਂ ਰੱਖ ਲਏ ਸੀ, ਉਹ ਫਿਰ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊਟੀ ਨੂੰ ਲਾਤੇ ਸੀ। ਜਦੋਂ ਦਰਬਾਰ ਸਾਹਿਬ ਨੂੰ ਜਾਵਾਂਗੇ ਤਾਂ ਤੁਸੀਂ ਖੱਬੇ ਹੱਥ ਰਹੇ ਹੋ, ਅਤੇ ਰਸਤੇ 'ਚ ਤੁਹਾਨੂੰ ਇੱਕ ਘੜੀ ਆਊਗੀ, ਇਹ ਭਾਈ ਲਹਿਣਾ ਸਿੰਘ ਮਜੀਠੀ ਆ, ਉਹਨਾਂ ਮਜੀਠਾ ਪਰਿਵਾਰ 'ਚੋਂ ਸੀ ਇਹ ਵੀ। ਉਹਨਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨੂੰ ਇੱਕ ਘੜੀ ਭੇਂਟ ਕੀਤੀ ਸੀ, ਇਹ ਮਤਲਬ ਉਹ ਪੁਰਾਣੇ ਸਮੇਂ 'ਚ 18ਵੀਂ ਸਦੀ 'ਚ ਉਦੋਂ ਟਾਈਮ ਦੱਸਦੀ ਸੀਗੀ, ਅਤੇ ਜ਼ਰੂਰ ਦੇਖ ਕੇ ਜਾਇਓ, ਇਹ ਵੀ ਆਪਾਂ ਸਕਿੱਪ ਕਰ ਦਿੰਦੇ ਹਾਂ ਦੇਖਣੀ। ਦਰਬਾਰ ਸਾਹਿਬ ਦੇ ਜਿੰਨੀ ਸੋਨੇ ਦੀ ਸੇਵਾ ਪਹਿਲੀ ਵਾਰੀ ਹੋਈ ਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਉਹ ਇੱਥੇ ਉੱਕਰਿਆ ਵੀ ਹੋਇਆ ਹੈਗਾ, ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਵੱਲੋਂ ਸਮੇਂ ਸਿਰ ਜਾਂ ਜਿੰਨਾ ਵੀ ਖਾਲਸਾ ਰਾਜ ਸੀ ਉਹਦੇ ਸਮੇਂ 'ਚ ਹਰਿਮੰਦਰ ਸਾਹਿਬ ਲਈ ਬਹੁਤ ਸਾਰੀਆਂ ਭੇਟਾਵਾਂ ਹੋਈਆਂ ਸੀਗੀਆਂ। ਅਤੇ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ 'ਤੇ ਵੀ ਕੰਵਰ ਨੌਂ ਨਿਹਾਲ ਸਿੰਘ ਖੜਕ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਸੀਗੀ ਉਹਨਾਂ ਦਾ ਨਾਮ ਉੱਕਰਿਆ ਹੋਇਆ ਇੱਥੇ, ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਇੱਥੇ ਸੋਨਾ ਚੜ੍ਹਵਾਇਆ ਸੀਗਾ ਅਤੇ ਹਰਿਮੰਦਰ ਸਾਹਿਬ ਦੀ ਜਿਹੜੀ ਕਾਰ ਸੇਵਾ ਉਹ ਕਰਵਾਈ ਸੀ। ਮੱਥਾ ਟੇਕ ਕੇ ਜਦੋਂ ਆਪਾਂ ਪਿਛਲੇ ਪਾਸੇ ਜਾਂਦੇ ਹਾਂ ਹਰਿਮੰਦਰ ਸਾਹਿਬ ਦੇ ਤਾਂ ਇੱਥੇ ਹਰ ਕੀ ਪੌੜੀ ਆਉਂਦੀ ਹੈ। ਇਸ ਪੌੜੀ ਨੂੰ ਪਰਮਾਤਮਾ ਦਾ ਜਾਂ ਹਰੀ ਦਾ ਦੁਆਰ ਮੰਨਿਆ ਜਾਂਦਾ ਹੈ, ਸਾਰੀ ਸੰਗਤ ਇੱਥੋਂ ਚੂਲੀ ਭਰ ਕੇ ਚੱਲ ਸਕਦੀ ਹੈ। ਬਹੁਤੀ ਸੰਗਤ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਸਿੱਧਾ ਚਲੇ ਜਾਂਦੀ ਹੈ, ਪਰ ਆਪਾਂ ਇਹਦੇ ਉੱਪਰ ਵੀ ਜਾ ਸਕਦੇ ਹਾਂ। ਅਤੇ ਹੁਣ ਅਸੀਂ ਉੱਪਰਲੇ ਪਾਸੇ ਆਏ ਹਾਂ ਦਰਬਾਰ ਸਾਹਿਬ ਦੀ ਮਤਲਬ ਪਹਿਲੀ ਛੱਤ 'ਤੇ ਕਹਿ ਸਕਦੇ ਹਾਂ, ਅਤੇ ਇੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਅਤੇ ਬਾਹਰਲੇ ਪਾਸੇ ਆਪਾਂ ਨੂੰ ਦੇਖਣ ਨੂੰ ਮਿਲਦਾ, ਸਾਹਮਣੇ ਵਾਲੇ ਪਾਸੇ ਅਕਾਲ ਤਖ਼ਤ ਸਾਹਿਬ ਵੀ ਦਿਖਦਾ, ਅਤੇ ਜਿਹੜੇ ਹੋਰ ਗੇਟ ਹੈ ਆਸੇ ਪਾਸੇ ਉਹ ਵੀ ਦਿਖਦੇ ਆ। ਹਰਿਮੰਦਰ ਸਾਹਿਬ ਦੇ ਅੰਦਰ ਪੇਂਟਿੰਗ ਬਹੁਤ ਪੁਰਾਣੀ ਹੋਈ ਹੋਈ ਹੈ, ਅਤੇ ਇਹਨੂੰ ਸ਼ੀਸ਼ੇ 'ਚ ਜੜਵਾ ਰੱਖੇ ਤਾਂ ਕਿ ਖਰਾਬ ਨਾ ਹੋ ਸਕੇ। ਇਹ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਸਾਰੀ ਇਹ ਪੇਂਟਿੰਗ ਹੈਗੀ ਜਿਹੜੀ ਬਣੀ ਹੋਈ, ਇਹਦੇ ਵਿੱਚ ਗੁਰਬਾਣੀ ਦੀ ਪੰਕਤੀਆਂ ਵੀ ਜਿਹੜੀਆਂ ਉੱਕਰੀਆਂ ਹੋਈਆਂ। ਇਹ ਹਰਿਮੰਦਰ ਸਾਹਿਬ ਦੀ ਆਪਾਂ ਉੱਪਰਲੀ ਛੱਤ ਨੂੰ ਜਾ ਰਹੇ ਹਾਂ, ਅਤੇ ਪੇਂਟਿੰਗ ਦੇਖੋ ਸਾਰੀ ਖਰਾਬ ਹੋਈ ਪਈ ਹੈ, ਜੇ ਹੇਠਾਂ ਵਾਲੀ ਸ਼ੀਸ਼ੇ 'ਚ ਨਾ ਚੜਾਉਂਦੇ ਤਾਂ ਉਹ ਵੀ ਖਰਾਬ ਹੋ ਜਾਣੀ ਸੀ। ਇਹ ਆ ਗਿਆ ਹਰਿਮੰਦਰ ਸਾਹਿਬ ਦਾ ਬਿਲਕੁਲ ਉੱਪਰਲਾ ਪਾਸਾ, ਅਤੇ ਇੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਅਤੇ ਇੱਥੇ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ। ਇੱਕ ਗੱਲ ਤੁਹਾਨੂੰ ਇੱਥੇ ਹੋਰ ਦੱਸਦਾ ਕਿ ਹਰਿਮੰਦਰ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਪੂਰਾ ਨਹੀਂ ਦਿਖਦਾ, ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਦੇ ਉੱਪਰਲੇ ਪਾਸੇ ਜਾਵਾਂਗੇ ਉੱਥੋਂ ਹਰਿਮੰਦਰ ਸਾਹਿਬ ਸਾਰਾ ਦਿਖਦਾ, ਅਤੇ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਜੋ ਤੁਹਾਨੂੰ ਮੈਂ ਅੱਗੇ ਜਾ ਕੇ ਦੱਸੂੰਗਾ। ਇਹ ਸੀ ਹਰਿਮੰਦਰ ਸਾਹਿਬ ਦਾ ਉੱਪਰਲਾ ਪਾਸਾ ਸਰ, ਅਤੇ ਹੁਣ ਆਪਾਂ ਹੇਠਾਂ ਚੱਲਦੇ ਹਾਂ ਦੁਬਾਰਾ, ਅਤੇ ਬਾਹਰੋਂ ਦਰਸ਼ਨ ਕਰਾਉਂਦੇ। ਰਸਤੇ 'ਚ ਜਾਂਦੇ ਨਾ ਕਈ ਪੱਥਰਾਂ 'ਤੇ ਆਪਾਂ ਨੂੰ ਫਾਰਸੀ ਭਾਸ਼ਾ ਲਿਖੀ ਮਿਲਦੀ ਹੈ, ਅਤੇ ਇੱਥੋਂ ਅੰਦਾਜ਼ਾ ਲਾਓ ਤੁਸੀਂ ਇਹ ਕਿੰਨੇ ਕੁ ਪੁਰਾਣੇ ਹੋਣਗੇ। ਜਿਹੜਾ ਤੁਹਾਨੂੰ ਦੱਸਿਆ ਸੀ ਨਾ ਕਿ ਅਕਾਲ ਤਖ਼ਤ ਸਾਹਿਬ ਇੱਥੋਂ ਨਹੀਂ ਦਿਖਦਾ, ਉਹਦਾ ਇਹ ਮਤਲਬ ਇਸ ਗੱਲ ਦਾ ਪ੍ਰਤੀਕ ਹੈ ਕਿ ਧਰਮ ਆ ਗਿਆ ਜਿੱਥੇ ਉੱਥੇ ਰਾਜਨੀਤੀ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਊ। ਹਰਿਮੰਦਰ ਸਾਹਿਬ ਆਉਣ ਲੱਗੇ ਨਾ ਤੁਸੀਂ ਇੱਥੇ ਉੱਕਰੇ ਹੋਏ ਸ਼ਬਦ ਧਿਆਨ ਨਾਲ ਪੜਿਓ, ਐਡਾ ਵੱਡਾ ਮਹਾਰਾਜਾ ਹੋ ਕੇ ਮਹਾਰਾਜਾ ਰਣਜੀਤ ਸਿੰਘ ਇਹ ਗੱਲ ਲਿਖਾਉਂਦੇ ਆ
कि गुरु महाराज ने मैथों आप सेवा करवाई, ये नहीं लिखा कि सेवा ये मैं की, हंकार नहीं है। हुण आपां दर्शन करने हैं श्री अकाल तख्त साहब दे, ते नाल ही आपां परमिशन लेनी है एक सिंह साहब। यह दरबार साहब कंपलैक्स के उपरला पास हैगा, तो इत्थे सिंह साहब की जिहड़े उन्हां दी रहायश हैगी, तो इत्थों हरिमंदर साहब सारा दिखता हैगा। इहदे कंधे उपर उपर सारे आले दुआले कमरे बने हुए है, इत्थे रह सकदे आ, रहायशां बणियां होईयां। एक सिंह साडे नाल भेजिया, तो हुण असीं चलें अकाल तख्त साहब के बिल्कुल उपरले पासे, तो उत्थे तुहानूं दर्शन कराउने आ। अकाल तख्त साहब के उपर दो महाराज के सरूप रखे हुए आ, एक तो साका 1921 वाला ननकाणा साहब का साका सी, एक 1984 वाला जिहड़े सरूप ते गोली लगी सी। मैं तुहानूं पहलां दस्सिया सी कि ना इत्थों हरिमंदर साहब दिखदा, वो देखो सामने हरिमंदर साहब दिख रहे, पर हरिमंदर साहब तो अकाल तख्त साहब नहीं दिखता। तो यह जिहड़ा तुहानूं पहलां दस्सिया सी राजनीति ते धर्म दोवां दा मतलब उस एंगल नूं रख के बनाया गया सीगा, क्योंकि जिहड़ा अकाल तख्त साहब उहदी नींह गुरु हरगोबिंद पातशाह ने रखी सी जदों मीरी ते पीरी दीआं दो तलवारां धारण कीतीआं सी, राजनीति दा प्रतीक है। इधर वीडियोग्राफी अलाउड नहीं सी, इह उह जगह है जिथे मतलब दो सरूप महाराज दे रखे हुए आ। इह अकाल तख्त साहब दे बिल्कुल उपर आ हुण मैं, ते इत्थे 1921 दा जिहड़ा ननकाणा साहब दा साका होया सीगा उस दे जिहड़े पावन सरूप है उह इत्थे रखे हुए। उस तों बाद जिहड़ा 1984 जिहड़ा अपने महाराज के सरूप से गोली लगी सी, 90 अंग तक उन्हें जख्मी किया महाराज नूं, ते वह भी सरूप इत्थे रखे हुए है। तो जिहड़े स्पैशल दिन होंदे आ जिवें 2 जून तो 5 जून तक पहलां दिखाए भी गए सी, वह सरूप दर्शनां लई बाहर रखे गए सीगे। तो एक गल तुहानूं होर दसदा, 22 डिग्री इत्थे टैंपरेचर जिहड़ा मेनटेन रखिया गया है, स्पैशल जगह बनाई है ये, क्योंकि जिहड़ा 93 साल पुराना सरूप है ननकाणा साहब के साके वाला, तो वो जे अंग से भुरन लग गए थे इन्ना पुराना होने करके। इतने सर्दियाँ होन गर्मियाँ होन मतलब एटमोसफेयर इतने एवें तैयार किया गया है कि 22 डिग्री टैंपरेचर अंदर तो 45% दस रहे थे भी मतलब मॉइस्चराइजर रहा है, तो यह स्पैशल शीशा लाया गया है। आप कई बार कह दें भी SGPC काम नहीं करती, वो जे कार्ज महान कार्ज भी हो रहे हैं। 1921 का ननकाणा साहब का वह साका सीगा जदों नारायणू महंत ते जां होर महंतां दे कब्जे चों गुरद्वारा साहब नूं मुक्त करवाया गया। उस तो 4 साल बाद ही गुरधामां दी सेवा संभाल ली, 1925 च SGPC होण चाहुंदी है। अकाल तख्त साहब अंदरों आ ते आ महाराज दे पावन सरूप रखण लई देखो किवें किवें दीआं चीज़ां इत्थे अंदर हैगीआं SGPC कोल, ते आपां जां अंदर आउंदे नहीं जां इत्थे तक परमिशन भी नहीं मिलदी हर किसी नूं। खैर असीं आए हाँ स्पैशल परमिशन नाल उपरले पासे, ये अकाल तख्त साहब दे नाल वाली बिल्डिंग है। बहुत घट लोग तुहाडे चों इत्थे आए होणगे, बहुत घट। मेरी बहुत टाइम दी इच्छा सी स्पैशल परमिशन लई, इहदे लई फिर मैं इत्थे आ सकिया। तो 84 दी 84 दी मतलब वो याद है, सिर्फ इक्को इक याद अपने कोल संभाल के रखी है थले निशाना तो अलावा, वो ये है। तो तुसीं इहनूं देख सकदे हो मतलब किवें इत्थे सिंघ रहे होणगे, क्योंकि पानी बिजली सारा कुछ कटता सीगा उन्होंने दिनों च। तो ये साडियां मैं लगता यादा ये कदें ना भुलण योग वाली है, मतलब इहो जे हादसे किते भी नहीं होने चाहिए, किसी भी धार्मिक स्थान पर होने नहीं चाहिए जिहो जिहा ये मंजर वापरिया सीगा। तो इहनूं जरूर देख के जाइओ तुसीं। इधर सामने वाले पासे आ देखो अकाल तख्त साहब हैगा, उधर हरिमंदर साहब रह गया, तो उपर असीं इस वक्त आए हाँ। जिहड़े ये कुछ गोलियां दे निशान ने, यह अकाल तख्त साहब दे कोल तुसीं हेठले पासे भी देख सकते हो, ये आम संगत लई खुली ही है, तुसीं जदों भी देख जाए। अकाल तख्त साहब तो बाद जदों आपां अगे वल नूं जांदे आ मतलब जिहड़ा मेन एंट्री है जिधर इधर वल, तो बाबा बुढ़ा जी की इधर बेरी आउंदी है, तो रस्ते दे विच परिक्रमा च आपां नूं इक चक्कर मिलदा हैगा, तो यह बड़ा खास मतलब स्थान हैगा, एक दर्शाउंदा हैगा किसी अपने धार्मिक इतिहास के महत्व नूं। तो यह जिहड़ा ये चक्कर है कितें होर कितें भी नहीं बनया होया, तुसीं जे कितें होर देखोगे बाकी 3 खूंजियां दे विच ये तुहानूं चक्कर नहीं मिलेगा। इहदा मतलब महत्व यह है क्योंकि जदों भाई सुखा सिंह ते महताब सिंह जिवें तुहानूं पहलां दस्सिया सीगा मस्से रंगड़ दा सिर वड के लिआए सी, जिहड़ा कि मुगल हाकम सीगा, सिर वड के लिआ के इत्थे परिक्रमा च गेड़े दित्ते सीगे, ते इत्थे अपने घोड़े घुमाए सी उन्होंने, उन्हां दी याद च ये चक्कर बनाया गया है। ये बाकी 3 कॉर्नर जिवें कि तुसीं देखोगे जां जिधरों पहलां आपां आए हां उधर ये नहीं मिलता। जिहड़ी ये सामने बेरी दिख रही है ये बाबा बुढ़ा जी के नाम से है, क्योंकि बाबा बुढ़ा जी इस बेरी के थले बैठ के
मतलब हरिमंदर साहब की सेवा करवाया करते सी। बाबा बुढ़ा जी का जन्म 1563 ईस्वी के विच होया सीगा। इन्हां ने ते दूजी पातशाही तो लैके सत्तवीं छेवीं पातशाही तक गुरु हरगोबिंद साहब जी तक ते अपने हत्थी गुरता गद्दी देंदे रहे। तो इस मतलब हरिमंदर साहब के पहले हैड ग्रंथी भी रहे है। 1500-1604 ईस्वी के जदों हरिमंदर साहब का पहला प्रकाश होंदा है तो बाबा बुढ़ा जी हैड ग्रंथी रहे सीगे। तो उस तो बाद गुरु बुढ़ा जी जब 1631 अकाल चलान कर बाबा बुढ़ा जी सन 1631 जब अकाल चलान करते हैं तो गुरु हरगोबिंद पातशाह ने रामदास विखे अपने हत्थी इन्हों का अंतम संस्कार खुद आप किया। तो हुण आपां अगे चलते हैं तो अगे जाके वो सामने जिहड़ी बिल्डिंग इमारत दो बुरज दिख रहे हैं वह रामगढ़िया बुंगा वो बारे भी बहुत घट लोग जानते हो सुने होगा है तो थोनों वो दिखाने जिमें तुम पहला दसिया से ना कि हरिमंदर साहब के चारे पास्यों जोड़े गेट अंदर आते हैं तो निवाण वाल ने गए। देखो हर पास्य पौड़ियाँ उतर के थोड़ा परिक्रमा के अंदर आना पैदा गा। तो एक थोनों होर दसदा वैसे अजायब घर च इन्ना अलाउड नहीं है वीडियोग्राफी नहीं मैं तुम्हें अंदरों भी दिखा दा। तो जोड़ा मेन गेट है मेन एंट्री है रामगढ़ी या बुंगा वाली साइड ये साइड तुम देख सकते हो अजायब घर हैगा। मतलब इतने एक जिमें पुरानी इतिहासिक तस्वीर लगियां सारिया तो वह तुम देख सकते हो इतों की अंदर नूं रस्ता जाता ये भी बहुत घट लोग देखते हैं जिहड़ी संगत इत्थे आउंदी है जरूर देख जाए। तो ये ऑपोजिट साइड बिल्कुल सामने वाले पासे उधरले पासे सिख रेफरेंस लाइब्रेरी भी है जिहड़ी 1984 दे विच चला दी सी पूरी लाइब्रेरी नूं ते वह उधरले पासे है वो जरूर देख जाए। दरबार साहब कंपलैक्स जो आप अगे वाल जाने तो तीसरी बेरी इतिहासिक आँदी हैगी जिमें तुम दस्या तीन बेरिया ने इतने इनू दुख पंजनी बेरी भी कहा जाता है जिमें इतिहास आपको एक जिक्र मिलता है ना जिमें काले कां सरोवर च हरिमंदर साहब के इतने जाते हैं तो चिट्टे हो निकलते हैं। बीबी रजनी का वो जो पिंगले का किस्सा हैगा वो इस जगह का बड़ी यह इतिहास महत्ता रखती है। ये जगह बहुत सारिया संगत स्पैशल इतनी इशनान कर दिया है जो भी हरिमंदर साहब आओगे तो इतने इशनान जरूर करो। वैसे तो सारे कि पवित्र है कितने भी तुम इशनान कर सकते पर इतिहास खास महत्ता जिमें थोड़ा पहला दसिया दो गुरद्वारा दुख भंजनी बेर साहब की। तो हूँ आप बारे पासे चलते हैं साहब सिख धर्म के मुढ़ले धार्मिक पवित्र स्थानों चो एक है। तो जिहड़े हरिमंदर साहब नूं वसाउण दे पिछे मतलब ज अमृतसर जिहड़ा शहर वसाया चौथे पातशाह ने वसाया सीगा। तो चौथे पातशाह ने इत्थे सरोवर की खुदवाई शुरू करवाई सीगी 1577 ईस्वी के विच ते सन 1588 दे विच पंजवें पातशाह गुरु अर्जन देव जी ने ते इत्थे साईं मियां मीर जी दे पासों हरिमंदर साहब की नींह रखवाई सीगी। तो 1601 दे विच सारी जिहड़ा हैगा कंप्लीट हो गया सीगा हरिमंदर साहब की जिहड़ी इमारत आ सारी बन गई सी। तो 1604 दे विच इत्थे पहला प्रकाश हुंदा हैगा। ज्यों ज्यों हरिमंदर साहब की ना सिखा च मतना च सिखा वसदा गया हरिमंदर साहब ज इस स्थान की जिहड़ी पवित्रता से वह घर कर दी गई। तो त्यों त्यों इत्थे हमले भी होंदे रहे हैं पहला जिवें 1757 फिर 1762 1767 उस तो बाद 1984 जिहड़ा रीसेंटली सरकार वल्लों होया सीगा। तो इत्थे हरिमंदर साहब के अहम शाह अब्दाली अर्गियां तो लैके इत्थे अटैक करते रहे हैं। तो शहीद बाबा दीप सिंह भी इन्हां परिक्रमा च बनी हुई उन्हां यादगार वह भी इतों जदों हरिमंदर साहब नूं ऐ सीगा भी पूरिया जा रहा है वो करके मतलब सरोवर नूं इत्थे जदों पूरिया जा रहा है वो करके इत्थे आए सी। भंजनी बेरी दे नाल ही इह थड़ा साहब हैगा जिहड़ा इह स्थान है इत्थे पंजवें पातशाह बह के सेवा करवाया करदे सी गुरु अर्जन देव जी। तो ये वो स्थान हैगा जिथे नाल गोविंदवाल साहब तो पोथियां मंगवा के इत्थे पहला सुशोभित कीतियां सीगियां ते इत्थे नाल नाल सेवा दी निगरानी करदे सीगे। ते ये हुण परिक्रमा दा जिहड़ा चक्कर सी अपना पूरा हो गया हुण आपां लंगर वाले पास्यों बाहर जाने हैं। इस पासे लंगर हाल है जदों दुख भंजनी बेरी कोल आके परिक्रमा पूरी करके ते ये लंगर हाल की इमारत आ गई सारी ये विच ही रामगढ़िया बुंगा तो आप रामगढ़िया बुंगा भी तुहानूं दिखावांगे जिथे मतलब थले सुरंग हैगी इक। तो इस तो अलावा जिमें पंजवें पातशाह ने बिना किसी भेदभाव बिना किसी जाति भेदभाव के मतलब हरिमंदर साहब के चार दरवाजे रखवाए उमें लंगर की प्रथा सी बिना किसी जात पात भेदभाव के कोई भी आके इतने लंगर छक सकता है। ये रामगढ़िया बुंगा इनू बनाया सीगा जस्सा सिंह रामगढ़िया ने जिहड़े रामगढ़िया मिसल के मुखी सीगे। तो इनू रस्ता बिल्कुल लंगर हाल के कोल दी जांदा गा इत्थे जिहड़े मीनार सीगे उह ढाते सीगे 84 वेले तो यह दोवें मीनार बाद चो बनाए गए। दरबार साहब के उपरले पास मतलब दुख भंजनी बेरी को जगह दिखती हैगी
ਅਤੇ ਇਹ ਸਾਰੀ ਜਗ੍ਹਾ ਹੈਗੀ ਇੱਥੇ ਇਤਿਹਾਸਿਕ ਸਿੱਲ ਹੈਗੀ ਜਿਹੜੀ ਕਿਸੇ ਟਾਈਮ ਉੱਥੋਂ ਪੱਟ ਕੇ ਲਿਆਉਂਦੀ ਸੀਗੀ ਅਤੇ ਪ੍ਰਤੀਕ ਇਹਦੇ ਨਿਸ਼ਾਨੀਆਂ ਇਹਦੀਆਂ ਇਹ ਹੈ ਵੀ ਬਾਦਸ਼ਾਹੀਆਂ ਇੱਥੇ ਪੈਰਾਂ 'ਚ ਰੁਲਦੀਆਂ ਦਰਬਾਰ ਸਾਹਿਬ ਇੱਥੇ ਆ ਕੇ ਇਹ ਸੀ ਇਤਿਹਾਸਿਕ ਸਿੱਲ ਇਹ ਦੇਖੋ ਇਹ ਪਏ ਪੱਥਰ ਲਾਲ ਕਿਲ੍ਹੇ ਦਾ ਅਤੇ ਜਿਹੜਾ ਮਤਲਬ ਆਹ ਪੱਥਰ ਥਮਲੇ ਵੀ ਹੈ ਨਾ ਪਿੱਲਰ ਹੈ ਸਾਰੇ ਇਹ ਲਾਲ ਕਿਲ੍ਹੇ ਦੱਸੇ ਜਾਂਦੇ ਸੀ ਮਿਲਰ ਇਹ ਇਤਿਹਾਸ ਗਵਾਹ ਹੈਗਾ ਕਿ ਸਿੰਘਾਂ ਨੇ ਕਦੇ ਦਿੱਲੀ ਵੀ ਜਿੱਤੀ ਹੋਈ ਹੈ ਜਿਹੜੀਆਂ ਦੁਨਿਆਵੀ ਬਾਦਸ਼ਾਹੀਆਂ ਉਹ ਇੱਥੇ ਪੈਰਾਂ 'ਚ ਰੁਲਦੀਆਂ ਅਧਿਆਤਮਿਕਤਾ ਵਾਲੇ ਪਾਸੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਰਾਜਨੀਤੀ ਅਤੇ ਧਰਮ ਦੀ ਉਵੇਂ ਕਰਕੇ ਇੱਥੇ ਸੰਭਾਲੀ ਹੋਈ ਹੈ ਸਿੱਲ ਗੁੰਗੇ ਰਾਮਗੜੀ ਨੂੰ ਥੱਲੇ ਜਾਂਦਾ ਮਤਲਬ ਥੱਲੇ ਕਹਿੰਦੇ ਜਿੰਨਾ ਇਹ ਉੱਪਰ ਦਿਖਦਾ ਉਨਾ ਹੀ ਥੱਲੇ ਹੈ ਅਤੇ ਜ਼ਮੀਨ ਦੇ ਵਿੱਚ ਅਤੇ ਹੁਣ ਆਪਾਂ ਥੱਲੇ ਉੱਤਰਦੇ ਹਾਂ ਪੌੜੀਆਂ ਜਾਂਦੀਆਂ ਨੇ ਇਹ ਸਾਡੀ ਜਿੱਤ ਦੀਆਂ ਨਿਸ਼ਾਨ ਨੇ ਬਾਦਸ਼ਾਹੀਆਂ ਦੇ ਨਿਸ਼ਾਨ ਨੇ ਸਾਡੀ ਨਿਸ਼ਾਨੀ ਹੈ ਬਹੁਤ ਘੱਟ ਲੋਕ ਇਹ ਜਗ੍ਹਾਵਾਂ ਦੇਖ ਕੇ ਜਾਂਦੇ ਆ ਜਦੋਂ ਤੁਸੀਂ ਹੁਣ ਦਰਬਾਰ ਸਾਹਿਬ ਕਦੇ ਆਓਗੇ ਇੱਥੇ ਤਾਂ ਇਹ ਜਗ੍ਹਾਵਾਂ ਜ਼ਰੂਰ ਦੇਖ ਕੇ ਜਾਇਓ ਇੱਥੋਂ ਦੱਸਦੇ ਆ ਕਿ ਕਿਸੇ ਪੁਰਾਣੇ ਟਾਈਮ ਸੁਰੰਗਾਂ ਨਿਕਲਦੀਆਂ ਹੁੰਦੀਆਂ ਸੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਾਰੇ ਪਾਸੇ ਠੰਡੀ ਬਹੁਤ ਹੈ ਇਹ ਜਗ੍ਹਾ ਥੱਲੋਂ ਅਤੇ ਪੂਰਾ ਥੱਲੇ ਇਤਿਹਾਸ ਸਮਾਇਆ ਹੋਇਆ ਇਹਦੇ ਥੱਲੇ ਇਹ ਦੇਖੋ ਸਾਹਮਣੇ ਵਾਲੇ ਪਾਸੇ ਇਹ ਖੂਹ ਲੱਗਦਾ ਮੈਨੂੰ ਕੋਈ ਇਹ ਖੂਹ ਬਣਾਇਆ ਹੋਇਆ ਦੇਖੋ ਬਹੁਤ ਸਾਰਾ ਡੂੰਘਾ ਹੈ ਪਰ ਸੁੱਕਿਆ ਪਿਆ ਹੈਗਾ ਅੰਦਰ ਕੁਛ ਹੈ ਨਹੀਂ ਗਾ ਇੱਧਰ ਅੰਦਰਲੇ ਪਾਸੇ ਇੱਕ ਜੇਲ੍ਹ ਵੀ ਹੈ ਇਹ ਉਸ ਟਾਈਮ ਦੀ ਕਾਲ ਕੋਠੜੀ ਕਹਿ ਜਾਂਦੇ ਹੁੰਦੇ ਜਿਹਨੂੰ ਪੁਰਾਣੇ ਟਾਈਮਾਂ 'ਚ ਅਤੇ ਉਹਨੂੰ ਲੋਕ ਲੱਗਿਆ ਹੋਇਆ ਤੁਸੀਂ ਇਹ ਦੇਖੋ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਇੰਨੀਆਂ ਚੀਜ਼ਾਂ ਪਈਆਂ ਦੇਖਣ ਵਾਲੀਆਂ ਜਿਹੜੀਆਂ ਆਪਾਂ ਮਤਲਬ ਕਦੇ ਦੇਖਦੇ ਨਹੀਂ ਹੈਗੇ ਐਵੇਂ ਆਪਾਂ ਉੱਪਰੋਂ ਉੱਪਰੋਂ ਦੇਖ ਕੇ ਸਿੱਧਾ ਲੰਘ ਜਾਂਦੇ ਹਾਂ ਇਮਾਰਤ ਇਹ ਸਾਰੀ ਪੁਰਾਣੀ ਹੈ ਆਰਕੀਟੈਕਚਰ ਤੋਂ ਪਤਾ ਲੱਗਦਾ ਬਾਕੀ ਇਹਦੀਆਂ ਜਿਵੇਂ ਇੱਟਾਂ ਆਹ ਇਹਨਾਂ ਤੋਂ ਵੀ ਪਤਾ ਲੱਗਦਾ ਹੈਗਾ ਕਿ ਪੁਰਾਣੀ ਇਮਾਰਤ ਹੈ ਸਾਰੀ ਉਵੇਂ ਦੀ ਉਵੇਂ ਹੂਬਹੂ ਰੱਖੀ ਹੋਈ ਹੈ ਇਹ ਕਿਸੇ ਟਾਈਮ ਦਾ ਇੱਕ ਕਮਰਾ ਹੈ ਪੂਰਾ ਅਤੇ ਸ਼ਾਇਦ ਇੱਥੇ ਡਿਊਟੀ 'ਤੇ ਬਹਿੰਦੇ ਹੋਣਗੇ ਐਸ ਜੀ ਪੀ ਸੀ 'ਤੇ ਜਿਹੜਾ ਸਟਾਫ ਹੋਊਗਾ ਅਤੇ ਉੱਪਰੋਂ ਦੇਖੋ ਮਤਲਬ ਛੱਤ ਹੁਣ ਤਾਂ ਆਪਾਂ ਪੀ ਓ ਪੀਆਂ ਹੋਰ ਕਰਾਉਣ ਲੱਗ ਗਏ ਅਤੇ ਇਮਾਰਤ ਦੇਖੋ ਕਿੱਡੀ ਖੂਬਸੂਰਤ ਬਣਾਈ ਹੋਈ ਹੈ ਥੱਲੇ ਫਿਰ ਰਹੇ ਹਾਂ ਹੁਣ ਅਸੀਂ ਭੋਰੇ ਦੇ ਵਿੱਚ ਇਹ ਅਤੇ ਪੁਰਾਣੀ ਮਤਲਬ ਕਮਰੇ ਪੁਰਾਣੀਆਂ ਇੱਟਾਂ ਉਵੇਂ ਹੀ ਖੜੀਆਂ ਹਜੇ ਤੱਕ ਉਹ ਸਾਹਮਣੇ ਵਾਲੇ ਪਾਸੇ ਹਰਿਮੰਦਰ ਸਾਹਿਬ ਹੈਗਾ ਉਹਦੇ ਵਿੱਚ ਦੀ ਦੇਖਿਆ ਵੀ ਜਾ ਸਕਦਾ ਪਰ ਉਹ ਜਗ੍ਹਾ ਉੱਚੀ ਆ ਉੱਥੇ ਚੜਿਆ ਨਹੀਂ ਜਾਂਦਾ ਉੱਥੋਂ ਨਹੀਂ ਉਹ ਜਿੱਥੇ ਆਪਾਂ ਤੁਰਦੇ ਫਿਰਦੇ ਹੁੰਦੇ ਹਾਂ ਨਾ ਉਹ ਪਰਕਰਮਾ ਵਾਲੀ ਜਗ੍ਹਾ ਸਾਰੀ ਇੱਥੇ ਆਪਾਂ ਤੁਰ ਕੇ ਲੰਘਦੇ ਇਹਦੇ ਕੋਲ ਦੀ ਇਹ ਹੈ ਜੀ ਸਿੰਘਾਸਨ ਜੱਸਾ ਸਿੰਘ ਰਾਮਗੜੀਆ ਦਾ ਅਤੇ ਰਾਮਗੜੀਆ ਬੁੰਗੇ ਦੇ ਵਿੱਚ ਸੀ ਇਹ ਦੇਖੋ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਹੈ ਜੱਸਾ ਸਿੰਘ ਰਾਮਗੜੀਆ ਦੀ ਕਿਸੇ ਟਾਈਮ ਇੱਥੇ ਬਹਿੰਦੇ ਹੋਣਗੇ ਇਹ ਤਖ਼ਤ ਹੋਇਆ ਕਰਦਾ ਸੀਗਾ ਤਾਂ ਹੀ ਰਾਮਗੜੀਆ ਬੁੰਗਾ ਇਹ ਅਤੇ ਉਸ ਤੋਂ ਬਾਅਦ ਦੱਸਦੇ ਆ ਕਿ ਇੱਥੇ ਸੰਤ ਜਰਨੈਲ ਸਿੰਘ ਵੀ ਇੱਥੇ ਬਹਿੰਦੇ ਰਹੇ ਆ ਕਿਸੇ ਟਾਈਮ ਮਤਲਬ ਤੁਸੀਂ ਇਹ ਦੇਖੋ ਕਿੱਡੀ ਇਹ ਮਤਲਬ ਮਹਾਨ ਜਗ੍ਹਾ ਸਿੱਖ ਧਰਮ ਦੀਆਂ ਮਹਾਨ ਸ਼ਖਸੀਅਤਾਂ ਅਤੇ ਮਤਲਬ ਇਸ ਜਗ੍ਹਾ 'ਤੇ ਵਿਰਾਜਮਾਨ ਹੁੰਦੀਆਂ ਰਹੀਆਂ 84 ਦੇ ਨਿਸ਼ਾਨ ਤੁਹਾਨੂੰ ਇਸ ਬੁੰਗੇ ਦੇ ਅੰਦਰ ਵੀ ਮਿਲ ਜਾਣਗੇ ਇਹ ਕੰਧਾਂ ਦੇਖੋ ਕੰਧਾਂ 'ਤੇ ਕਿੰਨੇ ਨਿਸ਼ਾਨ ਪਏ ਆ ਗੋਲੀਆਂ ਦੇ ਸਾਰੀਆਂ ਗੋਲੀਆਂ ਦੇ ਨਿਸ਼ਾਨ ਇਹ ਅਤੇ ਜਿਹੜਾ 84 ਦਾ ਆਪਣੇ ਦੁਖਾਂਤ ਵਾਪਰਿਆ ਸੀਗਾ ਅਤੇ ਬੁੰਗੇ ਦੇ ਅੰਦਰੋਂ ਹੀ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਹੁਣ ਗੋਲੀਆਂ ਲੱਗੀਆਂ ਹੋਣਗੀਆਂ ਸਾਰਾ ਪੁਰਾਤਨ ਇਮਾਰਤ ਖੜ੍ਹੀ ਹੈ ਦਰਬਾਰ ਸਾਹਿਬ ਦੀ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦਾਂ ਇਹ ਇਸ ਪਾਸੇ ਦਰਬਾਰ ਸਾਹਿਬ ਦੇ ਜੋ ਤੁਸੀਂ ਆਉਣਾ ਹੋਵੇ ਆਹ ਥੱਲੇ ਦੁੱਖ ਭੰਜਨੀ ਬੇਰੀ ਆ ਗਈ ਅਤੇ ਉਹ ਪਿੱਲਰ ਆ ਗਏ ਜਿਹੜੇ ਤੁਹਾਨੂੰ ਦਿਖਾਏ ਸੀ ਸਭ ਤੋਂ ਪੁਰਾਣੇ ਨੇ ਇਹ ਆਹ ਜਿਹੜਾ ਪਿੱਲਰ ਖੜ੍ਹਾ ਹੈ ਇਹ ਜਦੋਂ ਬਿਜਲੀ ਆਈ ਹੈ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਉਦੋਂ ਦੇ ਨੇ ਆਹ ਪਿੱਲਰ ਵੀ ਜਿਹੜਾ ਖੜ੍ਹਾ ਪੁਰਾਣਿਆਂ ਪਿੱਲਰਾਂ 'ਚੋਂ ਇੱਕ ਨੇ ਇਹ ਰਾਮਗੜੀਆ ਬੁੰਗਾ ਜਿੰਨਾ ਉੱਪਰ ਦਿਖਦਾ ਇੰਨੀ ਥੱਲੇ ਹੈ ਅਤੇ ਇਹਦੇ ਉੱਪਰ ਜਾਣ ਲਈ ਉੱਥੋਂ ਦੀ ਪੌੜੀਆਂ ਵੀ ਨੇ ਸਾਹਮਣੇ ਤੁਹਾਨੂੰ ਦਿਖਾਉਣਾ ਇਹ ਪਾਸੇ ਆਪਾਂ ਕਦੇ ਨਹੀਂ ਆਉਂਦੇ ਮੈਂ ਵੀ ਦੂਸਰੀ ਵਾਰ ਹੀ ਇੱਥੇ ਆ ਰਿਹਾ ਇੱਕ ਵਾਰ ਪਹਿਲਾਂ ਦੇਖ ਕੇ ਗਿਆ ਸੀਗਾ ਅਤੇ ਬਹੁਤ ਜਾਣੇ ਤਾਂ ਮਤਲਬ ਇੱਥੇ ਆਉਂਦੇ ਨਹੀਂ ਹੈਗੇ ਥੱਲੋਂ ਥੱਲੋਂ ਦੀ ਪਰਿਕਰਮਾ ਵਿੱਚੋਂ ਦੀ ਆਪਾਂ ਮੁੜ ਜਾਂਦੇ ਇਹ ਪੌੜੀਆਂ ਜਾਂਦੀਆਂ ਬੁੰਗੇ ਦੇ ਉੱਪਰ ਨੂੰ ਉੱਪਰਲੇ ਪਾਸੇ ਹਾਲਾਂ ਮੈਨੂੰ ਲੱਗਦਾ ਥੋੜ੍ਹਾ ਜਿਹਾ ਉੱਪਰ ਜਾ ਕੇ ਸ਼ਾਇਦ ਇਹ ਬੰਦ ਕੀਤਾ ਹੋਣਾ ਇਹਨਾਂ ਨੇ ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਹਾਲ 'ਚ ਪ੍ਰਸ਼ਾਦਾ ਛਕਣ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਇੱਥੇ ਸੰਗਤਾਂ ਦੇ ਰਹਿਣ ਲਈ ਗੁਰੂ ਰਾਮਦਾਸ ਜੀ ਨਿਵਾਸ ਅਤੇ ਸਾਹਮਣੇ ਵਾਲੇ ਪਾਸੇ ਗੁਰੂ ਹਰਗੋਬਿੰਦ ਜੀ ਨਿਵਾਸ ਅਤੇ ਇੱਕ ਮਾਤਾ ਗੰਗਾ ਜੀ ਨਿਵਾਸ ਤਿੰਨ ਵੱਡੀਆਂ ਸਰਾਵਾਂ ਇੱਥੇ ਬਣੀਆਂ ਹੋਈਆਂ ਅਤੇ ਬਾਕੀ ਹੋਰ ਵੀ ਨੇੜੇ ਤੇੜੇ ਰਹਿਣ ਦੇ ਬਹੁਤ ਸਾਰੇ ਸਾਧਨ ਆ ਤੁਸੀਂ ਇੱਥੇ ਜੇ ਆਉਣੇ ਤਾਂ ਰਹਿਸ਼ ਕਰ ਸਕਦੇ ਹਾਂ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ 'ਚ ਤੁਹਾਨੂੰ ਹਰਿਮੰਦਰ ਸਾਹਿਬ ਅਤੇ ਇਹਦੀਆਂ ਮਤਲਬ ਇਤਿਹਾਸਿਕ ਸਥਾਨ ਅੰਦਰ ਕੀ ਕੁਛ ਦੇਖਣ ਵਾਲਾ ਉਹ ਸਾਰਾ ਕੁਛ ਦਿਖਾਇਆ ਹੈਗਾ ਅਤੇ ਅਗਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਨੇੜੇ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸਾਰੇ ਹੋਰ ਮਤਲਬ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਜਿਵੇਂ ਸੰਤੋਖ ਸਰ ਪੈਂਦਾ ਵਿਵੇਕ ਸਰ ਪੈਂਦਾ ਕੌਲ ਸਰ ਪੈਂਦਾ
ਅਤੇ ਇੱਕ ਦੋ ਤਿੰਨ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਗੁਰਦੁਆਰਾ ਸਾਹਿਬ ਆਪਾਂ ਅਗਲੇ ਵਲੋਗ 'ਚ ਦਿਖਾਵਾਂਗੇ ਅਤੇ ਬਾਬਾ ਅਟਲ ਜੀ ਦਾ ਜਿਵੇਂ ਉਹ ਵੀ ਤੁਹਾਨੂੰ ਅਗਲੇ ਗੁਰਦੁਆਰਾ ਉਹ ਵੀ ਅਗਲੇ ਵਲੋਗ ਦੇ ਵਿੱਚ ਦਿਖਾਵਾਂਗੇ ਸੋ ਅਗਲੇ ਵਲੋਗ ਦਾ ਤੁਸੀਂ ਕਰਿਓ ਇੰਤਜ਼ਾਰ ਅਤੇ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਟਰੈਵਲ ਕਪਲ ਮਿਲਦੇ ਹਾਂ ਨਵੇਂ ਵਲੋਗ 'ਚ ਨਵੀਂ ਵੀਡੀਓ ਦੇ ਨਾਲ ਬਾਏ ਬਾਏ।